ਸਰਸ ਵੈਲਕਮ ਬੈਕ ਟੂ ਪ੍ਰੋਗਰਾਮਸ ਓ ਰੀਅਰਸ ਐਂਡ ਅਵਰ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਰਿਵਰਸਾਈਡ ਪਾਰਕ ਵਿੱਚ ਕਿਸੇ Hindu ਸੰਸਥਾ ਨੇ Hindu Kite Festival ਜਿਹੜੇ ਦੇ ਨਾਂ ਥੱਲੇ ਪਤੰਗਬਾਜ਼ੀ ਕਰਵਾਈ ਉਸ ਨੇ ਕਿੰਨਾ ਮੈਸਕਰੇਟ ਕੀਤਾ ਇਸ ਸੰਬੰਧੀ ਮੀਡੀਆ ਵਿੱਚ ਵੀ ਜਿਹੜੀ ਰਿਪੋਰਟਿੰਗ ਹੋਈ ਹੈ ਤੇ ਸ਼ਹਿਰ ਦੇ ਲੋਕ ਵੀ ਪੂਰੀ ਤਰ੍ਹਾਂ ਭੜਕੇ ਹੋਏ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਮੈਸੇਜ ੜੇ ਤੜੇ YouTube ਤੇ ਉੱਪਰ ਨੇ ਔਰ Facebook ਤੇ ਨੇ ਉਹ ਆਪਾਂ ਐਂਡ ਵਿੱਚ ਲਵਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ ਦੇਖਰ ਸੋਨੀਆਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅ ਦੇਖੋ ਵੈਸੇ ਤਾਂ ਹੁਣ ਹਿੰਦੂਤਵ ਵੀ ਖੁੱਲ ਕੇ ਆਪਣੇ ਆਪ ਨੂੰ ਹਿੰਦੂ ਨਾਂ ਦੇ ਥੱਲੇ ਹੀ ਸੰਸਥਾਵਾਂ ਬਣਾ ਕੇ ਕੰਮ ਕਰਦੇ ਨੇ ਹਿੰਦੂ ਫਾਊਂਡੇਸ਼ਨ ਹਿੰਦੂ ਸਟੂਡੈਂਟਸ ਯੂਨੀਅਨ ਹਮਮ ਔਰ ਇਸੇ ਤਰ੍ਹਾਂ ਔਰ ਨਕਲਵੀ ਸਿੱਖਾਂ ਦੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਜੇ ਇਹ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਹੁਣ ਮੈਂ ਬਹੁਤ ਵਾਰ ਦੇਖਦਾ ਹਾਂ ਜਿੱਦਾਂ ਨਗਰ ਕੀਰਤਨਾ ਚ ਲੱਖਾਂ ਲੋਕ ਲੱਖਾਂ ਸਿੱਖ ਸ਼ਾਮਲ ਹੁੰਦੇ ਨੇ ਨਿਊਯਾਰਕ ਹੋਏ ਸਰੀ ਹੋਏ ਜਾਂ ਟ੍ਰਾਂਟੋ ਹੋਏ ਨਾਲ ਦੀ ਨਾਲ ਜਿੰਨੇ ਇੱਕ ਜਿਹੜੇ ਨੇ ਪਾਰਟਿਸਪੈਂਟ ਹੁੰਦੇ ਨੇ ਇੱਕ ਵੱਡਾ ਵਲੰਟੀਅਰ ਗਰੁੱਪ ਨਾਲ ਦੀ ਨਾਲ ਸਫਾਈ ਕਰ ਰਿਹਾ ਹੁੰਦਾ ਜਿੱਥੋਂ ਕਿਸੇ ਨੇ ਕੋਈ ਚੀਜ਼ ਛੁੱਟੀ ਹੈ ਔਰ ਜਦੋਂ ਖਤਮ ਹੋ ਜਾਂਦਾ ਹੈ ਬਾਕੀ ਘਰਾਂ ਨੂੰ ਚਲੇ ਜਾਂਦੇ ਨੇ ਪੂਰੇ ਵਲੰਟੀਅਰ ਜਿਹੜੇ ਨੇ ਉਹ ਸਾਰੇ ਰੂਟ ਤੋਂ ਨੂੰ ਸਾਫ਼ ਕਰਦੇ ਨੇ ਔਰ ਇਹ ਬਿਲਕੁਲ ਕਲੀਨ ਹੈ ਹੀ ਕਾਰਨ ਹੈ ਕਿ ਹਰ ਸਾਲ ਉਹਨਾਂ ਨੂੰ ਪਰਮਿਸ਼ਨ ਵੀ ਮਿਲਦੀ ਹੈ ਔਰ ਉਹਨਾਂ ਨੂੰ ਇਹ ਪਤਾ ਹੁੰਦਾ ਔਰ ਇੱਕ ਇੱਕ ਥਾਂ ਨਹੀਂ ਹਰ ਥਾਂ ਤੇ ਕਿਉਂਕਿ ਸੇਵਾ ਬਿਲਟ ਹੈ ਨਾ ਹੁਣ ਇਹ ਖਬਰ ਸਾਨੂੰ ਵੀਰ ਜਤਿੰਦਰ ਸਿੰਘ ਟ੍ਰਾਂਟੋ ਤੋਂ ਉਹਨਾਂ ਨੇ ਭੇਜੀ ਔਰ ਇਸ ਦਾ ਆਧਾਰ ਕੈਂਬਰੇਜ ਟੂਡੇ.california.ca ਹੈ ਔਰ ਇਹ ਕਿਉਂਕਿ ਬਹੁਤੇ ਹੋਰ ਮੀਡੀਆ ਚ ਕਵਰ ਨਹੀਂ ਹੋਈ ਲੇਕਿਨ ਇਹ ਸ਼ੋਅ ਕਰਦਾ ਹੈ ਕਿ ਵੀ ਇਹ ਆਪਣੇ Hindu ਦੇ ਨਾਂ ਥੱਲੇ ਫੈਸਟੀਵਲ ਤਾਂ ਆਰਗੇਨਾਈਜ਼ ਕਰਨ ਦਾ ਕਰ ਰਹੇ ਨੇ ਪਰ ਕਿੰਨੀਆਂ ਜੁੱਤੀਆਂ ਲੋਕਾਂ ਤੋਂ ਖਾ ਰਹੇ ਨੇ ਔਰ ਇਹਨਾਂ ਦਾ ਹਸ਼ਰ ਕੀ ਔਰ ਖਬਰ ਦਾ ਹੈਡਲਾਈਨ ਇਹ ਹੈ सिटी असी uh, मैं हमेशा हिंदू का भी लफज यूज कर पर स्टोरी है सिटी रिस्पोंड्स आफ्टर हिंदू काइट फैसटिवल लीव ए मैस इन रिवरसाइड पार्क सिटी ने की रिएक्ट किया और खबर यह है कि रेजिडेंट्स ऑफ प्रेस्टन वर रीलिंग संडे व्हेन दे डिस्कवर्ड हंड्रेड ऑफ काइट्स एंड स्ट्रिंग लैफ्ट इन ट्रीज एंड वाटरवेज इन रिवरसाइड पार्क फॉलोइंग ए हिंदू काइट फैसटिवल ਸੈਂਕਸ਼ਨਸ ਬਾਈ ਦਾ ਸਿਟੀ ਇਹ ਸਿਟੀ ਨੇ ਹਿੰਦੂ ਕਾਈਟ ਫੈਸਟੀਵਲ ਪਤੰਗਬਾਜ਼ੀ ਦੀ ਇਜਾਜ਼ਤ ਦਿੱਤੀ ਔਰ ਰੈਜ਼ੀਡੈਂਟ ਜਦੋਂ ਮੁਗਿਆ ਫੈਸਟੀਵਲ ਚਲੇ ਗਏ ਉਹਨਾਂ ਨੇ ਦੇਖਿਆ ਕਿ ਸੈਂਕੜਿਆਂ ਜਿਹੜੇ ਉਹ ਪਤੰਗ ਨੇ ਔਰ ਡੋਰ ਹੈ ਉਹ ਪਾਣੀ ਦੇ ਵਿੱਚ ਫਸੀ ਹੋਈ ਹੈ ਦਰਖਤਾਂ ਦੇ ਉੱਤੇ ਲਟਕ ਰਹੇ ਨੇ ਦਾ ਸੈਚਰਡੇ ਫੈਸਟੀਵਲ ਵਿਚ ਵਾਸ ਆਰਗੇਨਾਈਜ਼ਡ ਬਾਈ ਗੁਜਰਾਤੀ ਹਿੰਦੂ ਸੁਸਾਇਟੀ ਐਂਡ ਫੀਚਰਡ ਏ ਡੀਜੇ ਐਂਡ ਫੂਡ ਸਟਾਲ ਸਾ ਸੈਵਰਲ ਕਾਈਟਸ ਲਾਸਟ ਡਿਊ ਟੂ ਹਾਈ ਵਿੰਡਸ और दैट वर कट एंड एंड अप लिटरिंग द पार्क विद सम मेकिंग इट एज फॉर अ वे एज वाटरलू स्ट्रीट वाटरलू स्ट्रीट तक पहुंच गए और ये उन्होंने गुजराती हिंदू सोसाइटी ने ऑर्गेनाइज किया वर आउट इन अवर फॉर फोर आवर्स क्लीनिंग अप ਆਲ ਦਾ ਸਟ੍ਰਿੰਗ ਐਂਡ ਪਲਾਸਟਿਕ ਡੈਬਰਿਸ ਇਨ ਦਾ ਰਿਵਰ ਸੈਡ ਕੈਰਲ ਥਾਰਮਨ ਹੁਣ ਇਹ ਕੈਰਲ ਥਾਰਮਨ ਕਹਿ ਰਹੇ ਨੇ ਕਿ 4 ਘੰਟੇ ਅਸੀਂ ਆਪਣੀਆਂ ਕਿਸ਼ਤੀਆਂ ਚ ਪਾਣੀ ਦੇ ਵਿੱਚੋਂ ਜਾ ਕੇ ਜੋ ਪਲਾਸਟਿਕ ਗੰਦ ਸੁੱਟਿਆ ਹੈ ਜੋ ਬਾਕੀ ਉਹਨੂੰ ਕਲੀਅਰ ਕਲੀਨ ਕਰਦੇ ਰਹੇ ਸੈਵਰਲ ਰੈਜ਼ੀਡੈਂਟਸ ਹੈਡਡ ਟੂ ਰਿਵਰ ਸਾਈਡ ਪਾਰਕ ਵੈਨ ਦੇ ਹਰਡ ਦਾ ਮੈਸ ਥੈਟ ਵਾਸ ਲੈਫਟ ਓਵਰ ਫਰਮ ਦਾ ਫੈਸਟੀਵਲ ਓਨਰ ਅਪੋਨ ਅਰਾਈਵਲ ਦਾ ਗਰੁੱਪ ਸਾ ਕਾਈਟਸ ਟਿਊਨ ਆਲ ਓਵਰ ਦਾ ਗਰਾਊਂਡ ਐਂਡ ਇਨ ਦਾ ਵਾਟਰਵੇਜ਼ ਕਿ ਲੋਕ ਦੌੜੇ ਕਿ ਵੀ ਇਹ ਉੱਥੇ ਗੰਦ ਪੈ ਗਿਆ ਕਿ ਵੀ ਉਹਨਾਂ ਨੇ ਦੇਖਿਆ ਕਿ ਕੋਈ ਦਰਖਤਾਂ ਨਾਲ ਲਟਕ ਰਹੇ ਨੇ ਕੋਈ ਚੀਜ਼ਾਂ ਕੋਈ ਗੰਦ ਥੱਲੇ ਹੈ ਵੈਨ ਵੀ ਵਰ ਪੁਲਿੰਗ ਆਊਟ ਦਾ ਕਾਈਟਸ ਫਰਮ ਦਾ ਰਿਵਰ ਇਟ ਵਾਸ ਲਾਈਕ ਪੁਲਿੰਗ ਅਪ ਦਾ ਫਿਸ਼ਿੰਗ ਨੈਟ ਐਡਡ ਥਾਰਮਨ we had been floating and it was like we were wrapped in the string like a spider web je assi kad rahe si te sade dware vi ivain je main spider web hunda hai ohne keha bi is kisam di gandgi the resident clean up crew was focused on protecting the wildlife that lives in the surrounding area ohne hmm. ke wildlife pani jeev to oh sara gand paaya hoya the lost kites would float down the river and get snagged on logs and raised एंड बाक्सपेंट्स वेयर मैनी टर्टल्स फ्रीकुएंट जिथे टर्टल आते हैं कि उन्होंने कछ्छू कम है कि भाई उ डोर घूम रही है वन पॉपुलर टर्नल हैंगरा हैंग आउट डब्ड टर्टल आईलैंड बाय द कम्यूनिटी वॉज लाइनड विद स्ट्रिंग क्रिएटिंग ए हैजरडस सिचुएशन फॉर द रिवरसाइड रेपटाइल्स उन्होंने कहा जी ये मतलब की क्रिएट किया फिर ਉਹਨਾਂ ਨੇ ਕਿਹਾ ਵਰ ਕਾਇਕਸ ਵਰ ਗੈਟਿੰਗ ਕਾਟ ਇਨ ਸਟ੍ਰਿੰਗ ਜਸਟ ਬਾਈ ਫਲੋਟਿੰਗ ਕਿ ਜਿਵੇਂ ਜੀ ਸਵਾਈਦਰ ਕੇ ਸਾਡੀਆਂ ਵੀ ਉਹ ਉਹਦੇ ਚ ਅਸੀਂ ਫਸ ਰਹੇ ਸੀ ਆਈ ਕੁਡਨਟ ਇਮੇਜਿਨ ਇਫ ਅ ਟਰਟਲ অর ਬਰਡ ਸੁਇਮਿੰਗ ਬਾਈ ਗਾਟ ਕਾਟ ਟੂ ਕਿ ਵੀ ਜੇ ਸਾਡੀਆਂ ਉਹ ਕਿਸ਼ਤੀਆਂ ਫਸ ਰਹੀਆਂ ਨੇ ਤੇ ਆਮ ਟਰਟਲ ਜਾਂ ਦੂਜਿਆਂ ਦਾ ਕੀ ਹਾਲ ਹੋਏਗਾ ਫਿਰ ਥੱਲੇ ਉਹ ਪੂਰਾ ਹੈ ਕਿ ਭਈ ਉਹ ਇਨਾ ਖ ਲੋਕ ਔਰ ਕਿੰਨੇ ਖ ਲੋਕ ਆਏ ਜਾਂ ਕਿੰਨੀ ਗਾਈਡ ਫਰੈਂਸ ਸੀ ਦਾ ਇਵੈਂਟ 100 ਔਰ 150 ਪੀਪਲ ਕਮ ਆਊਟ ਐਂਡ ਇੰਡल्ज ਇਨ ਕਲਚਰਲ ਐਕਟੀਵਿਟੀਜ਼ ਵਨ ਆਫ ਥੈਮ ਬੀਇੰਗ ਇੰਡੀਅਨ ਟ੍ਰੈਡੀਸ਼ਨ ਆਫ ਕਾਈਟ ਫਲਾਈਂਗ ਦਾ ਫਿਰ ਉਹ ਅੰਕਿਤ ਅੰਕਿਤ ਪਟੇਲ ਹੈ ਉਹਦਾ ਪ੍ਰੈਜ਼ੀਡੈਂਟ ਸੁਸਾਇਟੀ ਦਾ ਉਹ ਕਹਿੰਦਾ ਵੀ ਸਾਡਾ ਇਹ ਇਰਾਦਾ ਤਾਂ ਨਹੀਂ ਸੀ ਵੀ ਅਸੀਂ ਕਿਸੇ ਨੂੰ ਖਰਾਬ ਕਰਨਾ ਹੈ ਉਹ ਬੜੀਆਂ ਜ਼ੋਰਦਾਰ ਹਵਾਵਾਂ ਚੱਲ ਰਹੀਆਂ ਸੀ ਅਸੀਂ ਜਿਹੜਾ ਪੂਰੀ ਜ਼ਿੰਮੇਵਾਰੀ ਲੈਂਦੇ ਆਂ ਅਸੀਂ ਪੂਰਾ ਉਹਦਾ ਖਰਚਾ ਦੇਵਾਂਗੇ ਜੋ ਵੀ ਉਹ ਕਲੀਨ ਅਪ ਮੈਸ ਹੋ ਰਿਹਾ ਜਾਂ ਦੂਜਾ ਹੋਇਆ ਔਰ ਉਹਨਾਂ ਨੇ ਸਿਟੀ ਵਾਲਿਆਂ ਨੇ ਕਿਹਾ ਵੀ ਖਬਰਦਾਰ ਇਨਾਂ ਨੂੰ ਮੁੜ ਕੇ ਕਦੇ ਤੁਸੀਂ ਇੱਥੇ ਪਰਮਿਸ਼ਨ ਦਿੱਤੀ ਤਾਂ ਪਟੇਲ ਕਹਿ ਰਿਹਾ ਕਿ ਵੀ ਮੈਨੂੰ ਤਾਂ ਬਹੁਤ ਪਟੇਲ ਥ੍ਰੈਟਨਿੰਗ ਐਂਡ ਰੇਸਿਸਟ ਮੈਸੇਜਸ ਆਰ ਕਮਿੰਗ ਟੂ ਮੀ ਨਾਈ ਓਨ ਮਾਈ ਪਰਸਨਲ ਸੋਸ਼ਲ ਮੀਡੀਆ ਅਕਾਊਂਟ ਸਮ ਆਫ ਟਾਈਮ ਆਰ ਅਟੈਕਿੰਗ ਮਾਈ ਸੈਲਵ ਐਂਡ ਫੈਮਿਲੀ ਸੈਡ ਪਟੇਲ ਵੀ ਕੰਪਲੀਟਲੀ ਅਨਨੈਸੈਸਰੀ ਐਂਡ ਥੇਅਰ ਇਜ਼ ਨੋ ਰੀਜ਼ਨ ਟੂ ਕਮ ਆਫਟਰ ਦਾ ਹਿੰਦੂ ਕਮਿਊਨਿਟੀ ਵੀ ਆਰ ਨਾਟ ਹਿਅਰ ਟੂ ਇਫੈਕਟ ਐਨੀਵਨ ਹੁਣ ਹੱਥ ਜੋੜ ਰਹੇ ਨੇ ਅਸੀਂ ਹਿੰਦੂ ਕੋ ਅਸੀਂ ਤਾਂ ਤੁਹਾਡਾ ਕੁਝ ਨਹੀਂ ਸੀ ਕਰਨਾ ਇਹ ਹੈ ਇਨਾਂ ਦਾ ਵੀ ਤੁਸੀਂ ਉਹ ਕੀ ਉਹ ਕਹਿੰਦਾ ਨੇ ਕਿ ਵੀ ਉਹ ਕਿਆ ਪਿੱਧੀ ਕਿਆ ਪਿੱਧੀ ਦਾ ਸ਼ੋਰਬਾ ਆਪਣੀ ਔਕਾਤ ਦੇਖੋ ਹੁਣ ਇਹ ਇਹ ਹੈ ਇਹਨਾਂ ਦਾ ਕਰ ਲੋ ਹਿੰਦੂ ਕਾਈਟ ਉਹ ਵੀ ਹੁਣ ਹਿੰਦੂ ਲਫ਼ਜ਼ ਦਾ ਹੀ ਦੌੜ ਲੱਗੇ ਕਹਿੰਦੇ ਸਿਟੀ ਇਸ ਇਨ ਚੁੱਕੇ ਐਪਲੀਕੇਸ਼ਨ ਬਾਹਰ ਮਾਰਨ ਜੀ ਰਸਫਸੋ ਆਪਾਂ ਲੈਨੇ ਆਪਣੇ ਈਵਰ ਮੈਸੇਜਸ ਸੋ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਸਿੰਗਰ ਚਾ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਫਿਰ ਐਨ ਸੇਖੋਂ ਜੀ ਦਾ ਵੀ ਮੈਸੇਜ ਆ ਕੋਈ ਇਹਨਾਂ ਦਾ ਮਨਜੀਤ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਨਿਵਾਜ਼ ਚੌਧਰੀ ਜੀ ਦਾ ਖਾਲਸਾ ਜੀ ਫਤਿਹ ਨਿਵਾਜ਼ ਚੌਧਰੀ ਉਹਨਾਂ ਨੇ ਉਰਦੂ ਚ ਲਿਖਿਆ ਸੋ ਆਈ ਕਾਂਟ ਰੀਡ ਆਮ ਸੌਰੀ ਸੋ ਲਿਖਣ ਲਈ ਸ਼ੁਕਰੀਆ ਜਗਤਾਰ ਸਿੰਘ ਹਾਂਜੀ ਫਿਰ ਜ਼ਬੇਰ ਯਾਕੂਬ ਜੀ ਵੀ ਉਹਨਾਂ ਦੇ ਕਾਫੀ سارے ਮੈਸੇਜ ਨੇ ਕਹਿੰਦੇ ਕੱਲ ਮੈਸ ਹੋ ਗਿਆ ਸੀ ਮੇਰਾ ਮੈਸੇਜ ਤੀ ਪੜਿਆ ਕਹਿੰਦਾ ਸ਼ੁਕਰੀਆ ਤੁਹਾਡਾ ਸੋ ਇਟਸ ਓਕੇ ਯਾਕੂਬ ਸਾਹਿਬ ਤੁਹਾਡਾ ਵੀ ਸ਼ੁਕਰੀਆ ਤੁਸੀਂ ਸਾਡਾ ਹੌਸਲਾ ਵਧਾਉਂਦੇ ਹੋ ਅੱਦੇ ਮੈਸੇਜ ਦਾ ਤੁਸੀਂ ਲਿਖ ਕੇ ਫਿਰ ਦੱਸ ਦਿਓ ਵੀ ਸਭ ਕੁਝ ਠੀਕ ਹੈ ਚੰਗੀ ਕਲਾ ਚ ਹੈ ਕਹਿੰਦੇ ਕਿ ਡਾਕਟਰ ਸਾਹਿਬ ਜੋ ਸਿੱਖ ਖਾਲਿਸਤਾਨ ਕੋ ਆਪੋਜ਼ ਕਰਤੇ ਹਨ ਜਾਨੀ ਖਾਲਿਸਤਾਨ ਕੀ ਮੁਖਾਫਲਤ ਮੁਖਾਲਫਤ ਸਾਥੀ ਕਰਦੇ ਆ ਉਹਨੂੰ ਆਪ ਕੀ ਪੈਗਾਮ ਦੇਣਾ ਚਾਹਤੇ ਆ ਉਹਨਾਂ ਨੂੰ ਸੇ ਹੀ ਕਹਿੰਦੇ ਆ ਵੀ ਵਸਦੇ ਰਹੋ ਵਸਦੇ ਰਹੋ ਜਿਹੜੇ ਜਿਹੜੇ ਲੜਨ ਵਾਲੇ ਨੇ ਉਹਨਾਂ ਨੂੰ ਕਹਿੰਦੇ ਆ ਉਜੜ ਜਾਓ ਸਾਡੇ ਬਾਬੇ ਨੇ ਵੀ ਇਹ ਕਿਹਾ ਹੋਇਆ ਵੀ ਉਹ ਜਿੱਥੇ ਜੋਗੇ ਨੇ ਉਹਨਾਂ ਨੂੰ ਰਹਿਣ ਦੇਉ ਹਾਂ ਜੀ ਨਾ ਪ੍ਰੇਮ ਦਾ ਸਤਨਾਮ ਸਿੰਘ ਖਾਲਸਾ ਜਿੰਦਾਬਾਦ ਐਂਡ ਬਲੀਹਾਰ ਸੋਈ ਜੀ ਵੀ ਕਹਿੰਦੇ ਨੇ ਆਜ਼ਾਦੀ ਦਾ ਹੱਲ ਹੈ ਖਾਲਸਾ ਜਿੰਦਾਬਾਦ ਵਾਇਕ ਜੀ ਦਾ ਖਾਲਸਾ ਵੈਜ ਜੀ ਫਤਿਹ ਕੁਲਦੀਪ ਕੋਰ ਜੀ ਫਤਿਹ ਬੁਲਾਉਂਦੇ ਨੇ ਤਜਿੰਦਰ ਸਿੰਘ ਗੁੱਡ ਮਾਰਨਿੰਗ ਕਹਿੰਦੇ ਨੇ ਚਾਹ ਦੇ ਨਾਲ ਔਰ ਫਤੇ ਵੀ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਮੈਸੇਜ ਹੈ ਰਾਜਨਪ੍ਰੀਤ ਸਿੰਘ ਜੀ ਵੀ ਸਾਨੂੰ ਫਤੇ ਬੁਲਾਉਂਦੇ ਨੇ ਗੁੱਜਰ ਸਿੰਘ ਨਹੀਂ ਗੁਰਜਾਰ ਸਿੰਘ ਹਾਂਜੀ 64 ਜਸਟਿਸ ਕਲਸਾਂ ਜ਼ਿੰਦਾਬਾਦ ਔਰ ਐਨ ਸੇ ਖੋਜੀ ਯਕੀਨਕਾਰ ਕਲਸਾਂ ਜ਼ਿੰਦਾਬਾਦ ਜਸਵੀਰ ਬਰਾਜ ਜੀ ਵੀ ਹਮੇਸ਼ਾ ਹੀ ਉਹਨਾਂ ਦਾ ਮੈਸੇਜ ਹੁੰਦਾ ਹੈ ਔਰ ਸੁਰਮਖ ਮੰਦਰਾ ਜੀ ਵੀ ਮੈਸੇਜ ਹੈ ਉਹਨਾਂ ਦਾ ਔਰ ਇਸੇ ਤਰ੍ਹਾਂ ਖੁਸ਼ਪ੍ਰੀਤ ਕੋਰ ਵੀ ਕਨਟੀ ਵੀ 84 ਜ਼ਿੰਦਾਬਾਦ और इसी तरह जुबैर जी भी कहते हैं कि इंडिया और पाकिस्तान अंग्रेज के जाने के बाद रे, रेलवे की एक लाइन का के भी ऐसा ना कर सके यानी रेलवे की एक पार्टी नहीं प, पटड़ी ਇਤਕ ਨਾ ਬਚਾ ਸਕੇ ਵੋਹੀ ਪੋਲ ਉਹਨਾਂ ਦੇ ਅੰਗਰੇਜ਼ਾਂ ਦੇ ਬਣਾਏ ਹੋਏ ਨੇ ਉਹੀ ਉਹਨਾਂ ਦੀ ਰੇਲਵੇ ਆ ਉਹਦੇ ਤੇ ਹੀ ਹਾਂਜੀ 75 ਸਾਲਾਂ ਚ ਦੋਨੋਂ ਪਾਸੇ ਇਹੀ ਹਾਲ ਹੈ ਔਰ ਫਿਰ ਉਹਨਾਂ ਦਾ ਮੈਸੇਜ ਆ ਕਿ ਪੇਸ਼ਾਵਰ ਸੇ ਲੈ ਕੇ ਕੋਲਕਾਤਾ ਤੱਕ ਸਾਰਕ ਕਿਸ ਨੇ ਬਣਾਇਆ ਜਵਾਬ ਦੋ ਬਗੈਰਤ ਮੋਦੀ ਔਰ ਜੋਗੀ ਸੋ ਸ਼ੀਸ਼ਾ ਸੂਰੀ ਹਾਂਜੀ ਸ਼ੀਸ਼ਾ ਸੂਰੀ ਹਾਇ ਥੇਅਰ ਥੇਅਰ ਕਹਿੰਦੇ ਨੇ ਕਿ ਭਾਈ ਹਰਦੀਪ ਸਿੰਘ ਨੈਚਰ ਜ਼ਿੰਦਾਬਾਦ ਬੱਬਰ ਅਵਤਾਰ ਸਿੰਘ ਖੰਡਾ ਜ਼ਿੰਦਾਬਾਦ ਸੋ ਮਨਜੀਤ ਸਿੰਘ ਮਠਾਰਾ ਜੀ ਵੀ ਆ ਰਹੇ ਨੇ ਇਹ ਕਹਿੰਦੇ ਜੀ ਵੀ ਫੋਰ ਜ਼ਿੰਦਾਬਾਦ ਜ਼ਿੰਦਾਬਾਦ ਡਵੈਲਪਮੈਂਟ ਐਜ਼ ਆ ਹਾਇਰ than ਦਾ ਐਵਰ that ਡੀਪ ਰੂਟਡ ਲਵ ਆਫ ਸਿੱਖਿਜ਼ਮ ਇਜ਼ ਓਵਰਵੇਲਿੰਗ ਐਂਡ ਓਵਰਲੈਪਿੰਗ ਲੈਪਿੰਗ ਇਨ ਹਾਲ ਵਰਡ ਸੋ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ ਆਏ ਨੇ ਉਹਨਾਂ ਦੇ ਉਹ ਵੀ ਫਤੇ ਬੁਲਾਉਂਦੇ ਨੇ ਸੋ ਇਸੇ ਤਰ੍ਹਾਂ ਤੁਹਾਡੇ ਤੋਂ ਟੇਕਓਵਰ ਕਰ ਲੈਣੇ ਸੈਲ ਯੂਸਫ ਜੀ ਜਿਹੜੇ ਨੇ ਉਹ ਕਹਿੰਦੇ ਨੇ 5th ਆਫ ਅਗਸਟ 2019 ਵਾਸ ਦਾ ਡੇ ਵੈਨ ਇੰਡੀਆ ਬ੍ਰੋਕ ਦਾ ਇੰਟਰਨੈਸ਼ਨਲ ਲਾਅ ਐਂਡ ਅ ਨੈਕਸਟ ਸਟੇਟ ਆਫ ਜੰਮੂ ਐਂਡ ਕਸ਼ਮੀਰ ਬਟ ਵਰਲਡ ਇਨਕਲੂਡਿੰਗ ਮੁਸਲਮ ਕੰਟਰੀ ਸਟੇਟ ਟਾਈਟ ਲਿਪਡ ਹੁਣ ਵੀ UAE ਨੇ ਸਾਊਦੀ ਅਰੇਬੀਆ ਨੇ ਹਾਈਐਸਟ ਅਵਾਰਡ ਦਿੱਤੇ ਨੇ OIC ਨੂੰ ਹੁਣ ਚੌਥੀ ਐਨੀਵਰਸਰੀ ਹੈ ਪੰਜ ਜਦੋਂ ਇਹਨਾਂ ਨੇ ਖਤਮ ਕੀਤਾ ਹੈ ਅਨਫੋਰਚੂਨੇਟ ਹੈ ਅਨਫੋਰਚੂਨੇਟ ਬਿਲਕੁਲ ਔਰ ਮੈਂ ਸੁਮਿੰਦਰ ਵੀ ਹੁਣ ਸਿੰਘ ਥੋੜਾ ਜਿਆਦਾ ਅੱਜ ਫੇਸਬੁੱਕ ਤੇ ਜ਼ਿਆਦਾ ਮੈਸੇਜਸ ਨਹੀਂ ਨੇ ਹਾਂਜੀ ਪਰ ਅਸੀਂ ਫਿਰ ਵੀ ਉਹਨਾਂ ਨੂੰ ਵੀ ਬਰਾਬਰ ਦਾ ਦਰਜਾ ਦਿੰਦੇ ਹਾਂ ਉਹਨਾਂ ਨੂੰ ਨਾ ਲੱਗੇ ਵੀ YouTube ਵਾਲਿਆਂ ਨੂੰ ਜ਼ਿਆਦਾ ਟਾਈਮ ਹੈ ਅਵਾਰਡ ਹੈ ਹਾਂਜੀ ਇਹਦੇ ਤੇ ਫੇਸਬੁੱਕ ਦੀ ਜਿਹਦੇ ਉੱਤੇ ਜਿਹੜੇ ਸਾਡੇ ਵੀਰ ਭੈਣਾਂ ਨੇ ਅਸਰ ਜਗਦੀਪ ਸਿੰਘ ਸੰਧੂ ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ ਗੁਰਸਿੱਖੀ ਲੋਕ ਹਿੰਦੁਸਤਾਨ ਜ਼ਿੰਦਾਬਾਦ ਵਿੰਦਰ ਸੰਧੂ ਸਿੰਘ ਹਰਮਿੰਦਰ ਫਤਿਹ ਹੈ ਜੀ ਦੀਪ ਸਿੰਘ ਬ੍ਰਾਹਮਣਾਂ ਦਾ ਕੰਮ ਹੀ ਗੰਦ ਪਾਉਣ ਦਾ ਹੈ ਹਮ ਹਮ ਮੂਤ ਪੀਣਿਆ ਦੀ ਮਾਂ ਗੰਗਾ ਦਾ ਹਾਲ ਹੀ ਦੇਖ ਲੋ ਗੰਦਸਥਾਨ ਭਾਰਤ ਵਿੱਚ ਇੱਕ ਦਰਿਆ ਸਾਫ਼ ਹੈ ਜਿਸ ਨੂੰ ਸਰਾਫ ਮਿਲਿਆ ਹੋਇਆ ਹੈ ਜਿੱਥੇ ਬ੍ਰਾਹਮਣ ਪੂਜਾ ਨਹੀਂ ਕਰਦੇ ਸੋ ਸੋਨ ਸਿੰਘ ਮਾਇਰ ਜੀ ਨੇ ਵੀ ਫਤਿਹ ਬੁਲਾਈ ਹੈ ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਸੋ ਇਸ ਤਰ੍ਹਾਂ ਆਪਣੇ ਵਿਜ਼ੂਅਲ ਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਪਤੇ ਤੇ ਐਸਓਐਸਆਰਟੀਵੀ ਰਿਪੋਰਟਾ ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਉਹ ਦਿੱਖਦੇ ਰਿਪੋਰਟਾ ਭੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰੱਖਾ